सारयां जी हाथ जोड़ के प्यार भरी सत श्री अकाल। आपां बैठे हां हुण इक चाह पीण लई ते दसदे आ जी अपना राजस्थान दे विच जयपुर तों तुर रहे हां। पिंड गेलड़ी ते डैडी मोटरसाइकिल ते बैठ के चले ने अपने एक लड़ाई हो गई चार अही चार ते डैडी हारदे ने सी के कही जांदे गड्डी होवे चला देगा चलो पर मित्र नाल डैडी दा फौज वाले मित्र ने असी आए सीगे जी डैडी जी दे फ्रेंड दे घर। डैडी जी किन्ने सालों बाद मिल रहे हो? असी मेरे ख्याल आपां नु 6 साल हो गए मिले नु। मैं 2000 ਦੀ ਪੈਨਸ਼ਨ ਆਇਆ ਜਦ ਪੈਨਸ਼ਨ ਆਇਆ ਜਦ ਹੀ ਮਿਲੇ ਹਾਂ ਤੇ 21 ਹੋ ਗਿਆ 21 ਹੋ ਗਿਆ 13 ਆਪਾਂ ਜਲੰਧਰ ਮਿਲੇ ਸੀਗੇ1998 41 मीडियम रेजिमेंट बन गई टाटा नगर गए सी। टाटा नगर गए सी तीन बंदे मैं करमजीत करमजीत मगरों तू आ गई मगरों में है। अच्छा उतो फिर अपन ने कारगिल पूरा देखिया देखिया। अच्छा फिर मैं 2000 च पेंशन आ गया तू सेंटर चले गया। आज इना दी स्टेट हरियाणा मैं जयपुर तू आ रहा सीगा स्पेशल मिलन वास्ते आ। अच्छा अपना प्यार बहुत रहा मसा पिंड लब्बे वीर जी दा बहुत ज्यादा मसा पिंड लब्बे मेरा पंगा अंकल दा। अच्छा ਸਾਡੇ ਨਾਲ ਤੁਸੀਂ ਇੱਕ ਨਿਰਮਲ ਸੀਗਾ ਮੋਗੇ ਕੋਲ ਦਾ ਸਰਪੰਚ ਦੇ ਪਿੰਡ ਦਾ ਚੰਨਣ ਉੱਥੇ ਦਾ ਪਠਾਨਕੋਟ ਦਾ ਪਠਾਨਕੋਟ ਹਰਜਿੰਦਰ ਜਿੰਦਰ ਕਾਦੀਆਂ ਕੋਲ ਦਾ ਸੀਗਾ ਕਾਦੀਆਂ ਕੋਲ ਤੂੰ ਉਰੇ ਸਰਚੈਨ ਬਲਵਿੰਦਰ ਲੁਧਿਆਣੇ ਦਾ ਸੁਲਤਾਨਾ ਮਾਚੂਵਾੜੇ ਦਾ ਮਹਿੰਦਰ ਹੁਸ਼ਿਆਰਪੁਰ ਦਾ ਸੀਗਾ ਉਹਦਾ ਆਪਾਂ ਨੂੰ ਪਤਾ ਨਹੀਂ ਕਿੱਥੇ ਆ ਉਹ ਵੀ ਯਾਦ ਹੈ ਵਨ ਡਬਲ ਸਿਗ ਚ ਲੈ ਗਿਆ ਸੀ ਨਾ 3 ਫੀਲਡ ਆ 3 ਫੀਲਡ ਚ ਗਿਆ ਉਹਦਾ ਮੁੜ ਕੇ ਪਤਾ ਨਹੀਂ ਲੱਗਿਆ ਨਹੀਂ ਉਹ ਮਿਲਿਆ ਮੈਨੂੰ ਉੱਥੇ ਹਾਂ ਚੰਡੀਗੜ੍ਹ ਮੈਂ ਆਇਆ ਜਿਹਦੇ ਤੱਪੜ ਦੀ ਲੱਤ ਟੁੱਟੀ ਨਾ ਹਾਂ ਹਾਂ ਉਦੋਂ ਮੈਂ ਇਹਨੂੰ ਤੱਪੜ ਨੂੰ ਲੈ ਕੇ ਆਇਆ ਉਹ ਚੰਡੀਗੜ੍ਹ ਹਾਂ ਤੇ ਚੰਡੀਗੜ੍ਹ ਉਹਨਾਂ ਦੀ 3 ਫੀਲਡ ਇੱਥੇ ਸੀ ਤੇ ਫਿਰ ਮੈਨੂੰ ਮਿਲਿਆ ਉਹ ਕੀ ਸੀਗਾ ਉਹ ਹੋਲਦਾ ਬਣ ਗਿਆ ਸੀਗਾ ਬਹੁਤ ਨਿੱਘੇ ਸੁਭਾਅ ਨਿੱਘੇ ਸੁਭਾਅ ਹਾਂ ਸਾਰੇ ਦੇ ਠੰਡੇ ਸੁਭਾਅ ਦਾ। ਡੈਡੀ ਜੀ ਤੁਹਾਡੀ ਦੋਸਤੀ ਕਿਵੇਂ ਪਈ ਜੀ? ਅਸੀਂ ਪੁੱਤਰਾ ਜਿਆਦਾ ਪਾਲਟਣ ਚ ਇਕੱਠੇ ਹੋ ਗਏ। ਹਾਂਜੀ ਸਾਡਾ ਭਰਤੀ ਹੋਣ ਦਾ 2-4 ਮਹੀਨੇ ਅੱਗੇ ਪਿੱਛੇ ਸੀ। ਅੱਛਾ ਜੀ ਹਾਂ ਸਾਨੂੰ ਉਸਤਾਦ ਲੋਕ ਕਹਿੰਦੇ ਸਾਨੂੰ ਕੰਮ ਕਰੋ ਅਸੀਂ ਕੰਮ ਜਾਣਾ ਸੀ ਕਹਿੰਦੇ ਸਾਡੇ ਐਵੇਂ ਕਰਾਈ ਜਾਂਦੇ ਨੇ ਉਹ ਆਪਣੇ ਦੁੱਖੜੇ ਰੋਂਦੇ ਰੋਂਦੇ ਸਾਡਾ ਪਿਆਰ ਹੋ ਗਿਆ। ਡੈਡੀ ਪਹਿਲੀ ਵਾਰ ਜਦੋਂ ਮਿਲੇ ਸੀ ਯਾਦ ਆ ਵੀ ਕਿ ਪਹਿਲੀ ਵਾਰ ਕਿਵੇਂ ਮਿਲੇ ਸੀ ਕਿਨੇ ਪਹਿਲਾਂ ਬੁਲਾਇਆ ਸੀ? ਨਹੀਂ ਉਹ ਨਹੀਂ ਇਹਨਾਂ ਨੇ ਪਤਾ ਜਦ ਤਾਂ ਅਸੀਂ 310 ਦੇ ਵਿੱਚ ਹੀ ਆਣ ਕੇ ਸਾਡੀ ਮੰਜੀਆਂ ਇਵੇਂ ਸੀ ਇਕੱਠੀਆਂ ਸਾਡੀਆਂ ਮੰਜੀਆਂ ਰਹੀਆਂ ਨੇ। ਅੱਛਾ ਜੀ ਸੱਤ ਸਰਦਾਰਾਂ ਦੀਆਂ ਇਕੱਠੀਆਂ ਰਹੀਆਂ ਨੇ ਇਕੱਠੇ ਟਰੰਕ ਤੇ ਰੋਟੀ ਖਾਂਦੇ ਹੁੰਦੇ ਸੀਗੇ। ਅਸੀਂ ਆਪਾਂ ਦਾਰੂ ਤਾਂ ਨਹੀਂ ਵੱਧ ਪੀਤੀ ਫੌਜ ਚ ਦੇ ਕਦੇ ਵੀ ਪੀਤੀ ਨਹੀਂ। ਮੰਮੀ ਤੁਹਾਡੀ ਵੀ ਅਲਵਰ ਰਹੀ ਹੈ? ਸਫ਼ਰ ਲੰਮਾ ਜ਼ਿਆਦਾ ਆ ਨੇੜੇ ਹੋਵੇ ਬੰਦਾ ਮਿਲਦੇ ਰਹਿੰਦਾ ਦਰਸ਼ਨ ਜਿਵੇਂ ਦਰਸ਼ਨ ਸਾਹਿਬ ਵਰਗੇ ਲੱਗਦਾ ਹੁਣ ਪੱਗ ਹੋ ਗਈ ਫਰਕ ਹੋ ਗਿਆ ਭਾਰੀ ਵੀ ਪੈਨਸ਼ਨ ਆ ਗਏ ਬਾਹਰ ਇਟਲੀ ਕਈ ਸਾਲ ਹੈ ਕਈ ਸਾਲ ਆਇਆ 11ਵੇਂ ਸਾਲ ਚ ਜਿੰਨੇ ਅਸੀਂ ਫੌਜ ਚ 21 ਸਾਲ ਨੌਕਰੀ ਕਰੀ ਆ ਮੈਂ 18 ਸਾਲ ਕਮਾਏ ਨੇ ਉਦੋਂ ਕਈ ਗੁਣਾ ਨੋਟ ਕਮਾਏ ਫੌਜ ਦਾ ਹੋ ਜਾਂਦਾ ਵੀ ਮੈਂ ਫੌਜ ਦੀ ਨੌਕਰੀ ਕਰਾਂ ਜਾਂ ਸਰਕਾਰੀ ਨੌਕਰੀ ਕਰਾਂ ਵਿਦੇਸ਼ਾਂ ਚ ਤੋਂ ਜ਼ਿਆਦਾ ਕਈ ਗੁਣਾ ਜ਼ਿਆਦਾ ਮੈਂ 21-22 ਸਾਲ 9 ਮਹੀਨੇ ਦੇ ਨੌਕਰੀ ਕਰਕੇ ਆਇਆ ਉਹਦੇ ਚ ਮੈਨੂੰ 5,88,000 ਰੁਪਇਆ ਮਿਲਿਆ ਜੀ। ਅੱਛਾ ਇਟਲੀ ਚੋਂ ਕਿੰਨੇ ਤੇ ਇਟਲੀ ਚ ਤੇ ਮੈਂ ਹਰ 6ਵੇਂ ਮਹੀਨੇ ਕਹਿ ਦਿੰਦਾ ਸੀ ਤੁਹਾਡੇ ਕੋਈ ਇੰਨਾ ਪਹੁੰਚ ਗਿਆ ਕਿ ਨਹੀਂ ਪਹੁੰਚ ਗਿਆ ਸੋਹਣਾ ਮਕਾਨ ਬਣਾ
ਇਹਨਾਂ ਦੇ ਵੀ ਦੋ ਬੇਟੇ ਨੇ ਦੋ ਬੇਟੇ ਮੇਰੇ ਸੀਗੇ ਜ਼ਮੀਨ ਵੀ ਲਈ ਆ ਹਾਂ ਜੀ ਹਾਂ ਜੀ ਉਹ ਲੱਗ ਗਿਆ ਨਾ ਨਾਲ ਦੀ ਨਾਲ ਵਧੀਆ ਵਧੀਆ ਚੰਗੇ ਪਾਸੇ ਲੱਗਿਆ ਸਾਡੀ ਸੰਗਤ ਵਧੀਆ ਸੀਗੀ ਤਾਂ ਕਰਕੇ ਆਪਾਂ ਤਰੱਕੀ ਕਰ ਅਸੀਂ ਤਰੱਕੀ ਤਾਂ ਅੱਛਾ ਆਪਣੇ ਜੋ ਮੀਰ ਸਾਰੇ ਜੋ ਕੌਣ ਸੀਗੇ ਸੱਤਾ ਜੋ ਸੁਣ ਚੱਤਾ ਤੂੰ ਹੀ ਸੀ ਮੀਰ ਹਾਂ ਪਹਿਲਾਂ ਕਹਿੰਦਾ ਤਾਂ ਸ਼ੁਰੂ ਤੋਂ ਸਨ 85 ਨੂੰ ਕਹਿੰਦਾ ਨਹੀਂ ਉਹ ਬੱਕਰੀ ਨੋਟ ਨਹੀਂ ਕਰਦੀ ਹਾਂ ਰੱਜੀ ਹੋਈ ਚੋਲੇ ਦਾ ਇਹੀ ਕਹਿੰਦਾ ਇਹੀ ਕਹਿੰਦਾ ਸੀ ਫਿਰ ਇੱਕ ਦਿਨ ਉਹਦਾ ਚੈਲੰਜ ਹੋਇਆ ਬਾਬਾ ਜੀ ਸ਼ਰਾਬ ਵੀ ਪੀਂਦੇ ਸੀ ਤੇ ਉਹਨੇ ਬੁਲਟ ਲਿਆਂਦੀ ਤੇ ਉਹਨੇ ਪਾਰਟੀ ਕੀਤੀ ਸਾਡੀ ਸੱਤਾ ਸਰਦਾਰਾਂ ਦੀ ਤੇ ਬੈਠੇ ਪੀਤੇ ਪੀਂਦੇ ਗਏ ਤੇ ਬਾਬਾ ਜੀ ਨੂੰ ਕਹਿਣ ਲੱਗੇ ਬਾਬਾ ਜੀ ਬੁਲਟ ਤੇ ਕੀ ਲਿਆਂਦੀ ਹੈ ਤੁਸੀਂ ਤੁਸੀਂ ਪਹਿਲਾ ਜਹਾਜ਼ ਉਤਾਰੋ ਦੂਜਾ ਮੇਰਾ ਉਤਰੇ ਦੂਜਾ ਮੇਰਾ ਉਤਰੇ ਅਫਸਰਾਂ ਤੱਕ ਵੀ ਪਤਾ ਸੀਗਾ ਵੀ ਇਹ ਐਂ ਕਹਿੰਦਾ ਕਹਿ ਦਿੰਦਾ ਵੀ ਬੱਕਰੀ ਨੋਟ ਨਹੀਂ ਖਾਂਦੀ ਰੱਜੀ ਹੋਈ ਛੋਲਿਆਂ ਦੀ ਨਾਨਕ ਦੀ ਕਿਰਪਾ ਸੀਗੀ ਹੋਰ ਭੈਣ ਜੀ ਤੁਸੀਂ ਵੀ ਨਾਲ ਰਹੇ ਥੋੜੀ ਦੇਰ ਰਹੇ ਮੈਂ ਫੇਰ ਅਸੀਂ ਕਿਤੇ ਰਾਤ ਨੂੰ ਅਸੀਂ ਭੈਣ ਜੀ ਜਾ ਸਕਦੇ ਘਰੇ 2 ਵਜੇ ਪਰ ਨਹੀਂ ਅਸੀਂ ਕਿਹਾ ਵੀ ਅੱਜ ਤੁਹਾਡਾ ਵੀ ਦੁਪਹਿਰਾ ਖਰਾਬ ਕਰਨਾ 2012 ਦੀ ਇਹ ਡੈਰੀ ਹੁੰਦੀ ਹੈ ਨਹੀਂ ਉਹਦੇ ਚ ਲੱਗ ਵੀ ਤੁਸੀਂ ਵੀ ਫੋਟੋ ਖਿੱਚ ਕੇ ਲੈ ਚੱਲੋ ਜੀ ਨਹੀਂ ਆਪਣੇ ਕੋਲ ਤਾਂ ਪੁੱਤ ਮੇਰੇ ਕੋਲ ਬੱਕਰੀ ਨੋਟ ਨੀ ਖਾਂਦੀ ਪੀ ਅਜੇ ਵੀ ਤੁਸੀਂ ਕਹਿੰਦੇ ਕੰਮ ਨੀ ਕੀਤਾ ਹਰਪਾਲ ਨੂੰ ਮੈਂ ਕੌਣ ਬੋਲਦਾ ਮੈਂ ਪਹਿਲੇ ਦਿਨ ਫੋਨ ਲਾਇਆ ਨਾਲੇ ਪਿੰਡ ਆ ਕਿਹੜਾ ਪਿੰਡ ਮੱਘਰਪੁਰ ਮੱਘਰਪੁਰ ਕਹਿੰਦਾ ਹਾਂ ਹਾਂ ਉਹ ਉਹੀ ਬਾਈ ਜੀ ਤੇ ਬੱਕਰੀ ਨੋਟ ਨੀ ਹਰਪਾਲ ਹੁਣ ਵੀ ਡੈਡੀ ਜੀ ਦੇ ਪਹਿਲੇ ਫਰੈਂਡ ਕੋਲੋਂ ਆ ਗਏ ਸੀ ਦੂਸਰੇ ਫਰੈਂਡ ਕੋਲੇ ਆਏ ਸੀਗੇ ਤੇ ਇਹਨਾਂ ਨਾਲ ਖਾਸ ਮਤਲਬ ਡੈਡੀ ਹੋਣਾ ਦੀ ਜਾਣ ਪਛਾਣ ਸੀਗੀ ਜ਼ਿਆਦਾ ਹੀ ਪਿਆਰ ਸੀਗਾ ਸੂਬੇਦਾਰ ਮੇਜਰ ਪ੍ਰੀਤਮ ਸਿੰਘ ਐਮਟੀ ਸਾਈਡ ਤੋਂ ਅਸੀਂ 313 ਫੀਲਡ ਚੋਂ 310 ਚ ਆਏ 310 ਚ ਪ੍ਰਮੋਸ਼ਨ ਲੈ ਕੇ ਵੱਖਰੀਆਂ ਯੂਨਿਟਾਂ ਚ ਲੈ ਕੇ ਮੈਂ 41 ਚ ਲੈ ਗਿਆ ਅੱਜ ਇਹਨਾਂ ਨੂੰ ਅਸੀਂ ਮਿਲਣ ਆਏ ਆ ਇਹ ਅੰਬਾਲਾ ਸ਼ਹਿਰ ਚ ਰਹਿੰਦੇ ਨੇ ਇਹਨਾਂ ਦੇ 2 ਬੇਟੇ ਨੇ ਇੱਕ ਲਵਲੀ ਦੂਸਰਾ ਸਾਰੇ ਜਾਣੇ ਮੈਨੂੰ ਸਾਨੂੰ ਵੀ ਬਹੁਤ ਵਧੀਆ ਲੱਗਿਆ ਡੈਡੀ ਜੀ ਦੇ ਸਾਹਿਬ ਸਾਡੇ ਅੰਕਲ ਜੀ ਤੇ ਇਹਨਾਂ ਨੇ ਜਦੋਂ ਮਨੀਵੀਰ ਜੀ ਹੋਏ ਸੀਗੇ ਬਹੁਤ ਹੈਲਪ ਕੀਤੀ ਮਨੀ ਵੀ ਵੱਡੀ ਮੰਮੀ ਆ ਭਾਈ ਇਹ ਬੜੀ ਮੰਮੀ ਦੇ ਡੈਡੀ ਇਹੀ ਨੇ ਅਸੀਂ ਨਹੀਂ ਹੈਗੇ ਮੈਂ ਤਾਂ ਵਿਆਹ ਚ ਵੀ ਕਹਿੰਦਾ ਸੀਗਾ ਮੈਂ ਵੀ ਬੜੀ ਮੰਮੀ ਦੇ ਡੈਡੀ ਇਹੀ ਨੇ ਛੋਟਾ ਹੁੰਦਾ ਮੈਂ ਪਤਾ ਕਿਵੇਂ ਦਾ ਹੁੰਦਾ ਸੀਗਾ ਬਾਕੀ ਸਾਰੇ ਕਹਿ ਰਹੇ ਆ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਸੱਚੀ ਇੱਕੋ ਜਿਹਾ ਜਾਂ ਫਰਕ ਆ ਇੱਥੇ ਸਾਰੇ ਜੁਗਨੂ ਦੇ ਨਾਮ ਨਾਲ ਜਾਣਦੇ ਆ ਜੁਗਨੂ ਹੀ ਕਹਿੰਦੇ ਆ ਸਾਰੇ ਬੜੀ ਮੰਮੀ ਨੇ ਸਮਾਈ ਰੱਖਿਆ ਹੋਇਆ ਪਰ ਮੈਂ ਉਹ ਵਾਲਾ ਜੁਗਨੂ ਨਹੀਂ
अंगद बिलकुल वीर जी वर्गा, जो वीर जी छोटे सीगे अंगद वांगू दिखदे सीगे। चलो एक वीर जी रह गए। बहुत किस्से सुनाए सी इन्होंने वीर जी दे छोटे होंदे ने। चंगी गल भाई।